ਖਜ਼ਾਨਾ ਮੰਤਰਾਲੇ ਵਿੱਚ ਆਰਥਿਕ ਮਾਮਲਿਆਂ ਦੇ ਸਕੱਤਰ ਅਜੀ ਸੀਠਨੀ ਕਹੇ ਕਿ ਭਾਰਤ ਦੀ ਪ੍ਰਧਾਨਗੀ ਵਿੱਚ ਜੀ-20 ਫਾਈਨਾਂਸ ਟਰੈਕ ਵਿੱਚ 2023 ਦੇ ਲਈ ਤੈਅ ਕੀਤੀਆਂ ਗਈਆਂ ਤਰਜੀਹਾਂ ਤੇ ਸਾਰੇ ਮੈਂਬਰ ਦੇਸ਼ਾਂ ਦਾ ਵਿਆਪਕ ਸਮਰਥਨ ਮਿਲ ਰਿਹਾ ਹੈ ਉਹ ਕੱਲ ਬੰਗਲੌਰੂ ਵਿੱਚ ਜੀ-20 ਦੇਸ਼ਾਂ ਦੇ ਵਿੱਤ ਅਤੇ ਕੇਂਦਰੀ ਬੈਂਕਾਂ ਦੇ ਉਪ ਮੁਖੀਆਂ ਦੀ ਬੈਠਕ ਦੇ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ ਉਨ੍ਹਾਂ ਕਿਹਾ ਕਿ ਬੈਠਕ ਵਿੱਚ ਹੋ ਰਹੇ ਵਿਚਾਰਾਂ ਨੂੰ ਅਗਲੇ 2 ਮਹੀਨਿਆਂ ਵਿੱਚ ਕਾਰਵਾਈ ਸਮੂਹ ਪੱਧਰ ਤੇ ਅੱਗੇ ਵਧਾਇਆ ਜਾਵੇਗਾ ਇਹ ਵਿਚਾਰ 23 ਤੋਂ 25 ਫਰਵਰੀ ਤੱਕ ਬੰਗਲੌਰੂ ਵਿੱਚ ਹੋਣ ਵਾਲੀ ਪਹਿਲੀ G20 ਵਿੱਤ ਮੰਤਰੀਆਂ ਦੇ ਕੇਂਦਰੀ ਬੈਂਕਾਂ ਗਵਰਨਰਾਂ ਦੀ ਬੈਠਕ ਦਾ ਰਾਪ드ਰਾ ਕਰਨਗੇ।